ਹੈਲੋ ਸਟੂਡੈਂਟ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੀਬੀ 70 ਸਟਡੀ ਪੁਆਇੰਟ ਤੇ ਹਾਂਜੀ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਕਰਾਂਗੇ ਜੋ ਅੱਜ ਪੀਟੈਟ ਪੰਜਾਬ ਦਾ ਟੈਟ ਜੋ ਅੱਜ ਹੋਇਆ ਹੈ ਮਿਤੀ 34 2023 ਨੂੰ ਉਹਨਾਂ ਦੇ ਆਨਸਰ ਕੀ ਲੈ ਕੇ ਆਏ ਹਾਂ ਪੰਜਾਬੀ ਦੇ ਪੰਜਾਬੀ ਵਿੱਚ ਜੋ ਕੁਐਸਚਨ ਸੀਗੇ ਉਹਨਾਂ ਦੇ ਅੱਜ ਆਨਸਰ ਕੀ ਲੈ ਕੇ ਆਏ ਹਾਂ ਤੁਹਾਡੇ ਕੋਲ ਤੁਸੀਂ ਵੀ ਆਪੋ ਆਪਣੇ ਕੁਐਸਚਨ ਮਿਲਾ ਲੈਣੇ ਹਨ ਕਿੰਨੇ ਕੋ ਤੁਹਾਡੇ ਸਹੀ ਹੋਏ ਹਨ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜੀ ਪਹਿਲੇ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਜੋ ਪਹਿਲਾ ਕੁਐਸਚਨ ਸੀਗਾ ਪੈਰੇ ਦੇ ਵਿੱਚੋਂ ਲੱਭਣਾ ਸੀਗਾ ਪਹਿਲਾ ਕੁਐਸਚਨ ਸੀ 31 ਨੰਬਰ ਕਹਿੰਦਾ ਉਪਰੋਕਤ ਕਵਿਤਾ ਦਾ ਰਚਨਾਹਾਰ ਕੌਣ ਹੈ ਉਪਰੋਕਤ ਕਵਿਤਾ ਦਾ ਰਚਨਾਹਾਰ ਕੌਣ ਹੈ ਇਹ ਤੁਸੀਂ ਇਹ ਪੈਰੇ ਦੇ ਵਿੱਚ ਲੱਭਣਾ ਸੀਗਾ ਇਸ ਦਾ ਰਾਈਟ ਆਨਸਰ ਸੀ ਹਾਂ ਜਿਹੜਾ ਸੀਗਾ ਰੋਜ਼ ਦਿਨ ਸ਼ਰਫ ਡੀ ਇਸ ਦਾ ਰਾਈਟ ਆਨਸਰ ਸੀ ਠੀਕ ਹੈ ਜੀ ਅਗੇ ਜੀ 32 ਨੰਬਰ ਕੁਐਸਚਨ ਕਵੀ ਸੁਹਾਗਨ ਦੀਨ ਨੱਥ ਅਤੇ ਪੰਜਾਬਣ ਦੀ ਵੰਗ ਦਾ ਟੁਕੜਾ ਕਿਸ ਨੂੰ ਸਮਝਦਾ ਹੈ ਹਾਂ ਜੀ ਇਸ ਦਾ ਰਾਈਟ ਆਨਸਰ ਸੀ ਸੀ ਖੁਦ ਨੂੰ ਠੀਕ ਹੈ ਜੀ ਅਗੇ ਜੀ ਕੁਐਸਚਨ ਨੰਬਰ 33 ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨੂੰ ਨਹੀਂ ਜਾਣਦਾ ਕਵਿਤਾ ਅਨੁਸਾਰ ਕਵੀ ਕਿਹੜੀ ਬੋਲੀ ਨੂੰ ਨਹੀਂ ਜਾਣਦਾ ਹਾਂਜੀ ਇਸ ਦਾ ਰਾਈਟ ਆਨਸਰ ਸੀ ਸੰਸਕ੍ਰਿਤ ਠੀਕ ਹੈ ਜੀ ਅੱਗੇ ਛਿੱਕੇ ਉੱਤੇ ਟੰਗਣਾ ਮੁਆਰੇ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਸੀ ਹਾਂਜੀ ਕਿਹੜਾ ਸੀ ਪ੍ਰਵਾਹਨਾ ਕਰਨਾ ਜੋ ਪ੍ਰਵਾਹ ਨਹੀਂ ਕਰਦਾ ਠੀਕ ਹੈ ਜੀ ਅੱਗੇ ਜੀ ਇਸ ਕਵਿਤਾ ਵਿੱਚ ਕਵੀ ਆਪਣੇ ਆਪ ਨੂੰ ਕੀ ਕਹ ਕਹੋਂ ਤੋਂ ਨਹੀਂ ਸਕਦਾ ਇਸ ਦਾ ਰਾਈਟ ਆਨਸਰ ਆਇਆ ਜੀ ਹਾਂ ਜੀ ਕਿਹੜਾ ਹੈ ਜੀ ਪਿੰਡੂ ਠੀਕ ਹੈ ਜੀ ਅਗੀ ਗੱਲ ਕਰੀਏ ਜੀ ਕੁਐਸਚਨ ਨੰਬਰ 36 ਯੂਪੀ ਵਿੱਚ ਕਰਾਂ ਗੱਲਾਂ ਤੋਂ ਕਵੀ ਦਾ ਕੀ ਪਾਵੈ ਯੂਪੀ ਵਿੱਚ ਕਰਾਂ ਗੱਲਾਂ ਤੋਂ ਕਵਿਤਾ ਕੀ ਪਾਵੈ ਇਸ ਦਾ ਰਾਈਟ ਆਨਸਰ ਹੈ ਜੀ ਹਿੰਦੀ ਭਾਸ਼ਾ ਵਿੱਚ ਗੱਲਬਾਤ ਕਰਨਾ ਇਹ ਜੋ ਪਹਿਰੇ ਵਿੱਚ ਸੀਗਾ ਉਹਦੇ ਵਿੱਚੋਂ ਹੀ ਆਪਾਂ ਕੁਐਸਚਨ ਲੱਭਣੇ ਸੀਗੇ ਠੀਕ ਹੈ ਜੀ ਕੁਐਸਚਨ ਨੰਬਰ 37 ਕਵਿਤਾ ਅਨੁਸਾਰ ਕਵੀ ਦੀ ਦਿੱਲੀ ਖੁਆਇਸ਼ ਕੀ ਹੈ ਕਵਿਤਾ ਅਨੁਸਾਰ ਕਵੀ ਦੀ ਦਿੱਲੀ ਖੁਆਇਸ਼ ਕੀ ਹੈ ਇਸ ਦਾ ਰਾਈਟ ਆਨਸਰ ਸੀ ਮਾ ਬੋਲੀ ਨੂੰ ਦੇਸ਼ ਅੰਦਰ ਮਾਣ ਮਿਲਣ ਦੀ ਠੀਕ ਹੈ ਜੀ ਅਗਿਆ ਪੈਰਾ ਜੀ ਪਹਿਰੇ ਚ ਲੱਭਨੇ ਸੀਗੇ ਕੁਐਸਚਨ ਨੰਬਰ 38 ਲੇਖਕ ਦੇ ਲੇਖਕ ਦੇ ਸੌਰੀ ਲੇਖਕ ਦੇ ਦਾਦੇ ਦੇ ਚਾਰ ਭਰਾਵਾਂ ਦੇ ਕੀ ਨਾਮ ਸਨ ਹਾਂਜੀ ਇਸ ਦਾ ਕੀ ਕੀ ਆਨਸਰ ਜੀ ਦਾਸ ਪੰਨੂ ਰਾਮ ਦਿੱਤਾ ਤੇ ਸੈਬ ਸਿੰਘ ਸੀ ਇਸ ਦਾ ਰਾਈਟ ਆਨਸਰ ਸੀ ਗੱਲ ਦੀ ਸ਼ਬਦ ਦਾ ਕੀ ਅਰਥ ਹੈ ਗੱਲ ਦੀ ਸ਼ਬਦ ਦਾ ਕੀ ਅਰਥ ਹੈ ਇਸ ਦਾ ਰਾਈਟ ਆਨਸਰ ਸੀ ਬਹੁਤੀਆਂ ਗੱਲਾਂ ਕਰਨ ਵਾਲਾ ਠੀਕ ਹੈ ਜੀ ਲੇਖਕ ਦੇ ਵੱਡੇ-ਵਡੇਰਿਆਂ ਦਾ ਕਿਹੜੇ ਪਿੰਡ ਵਿੱਚ ਖੂਨ ਦਾ ਰਿਸ਼ਤਾ ਸੀ ਜੋ ਪੈਰ ਵਿੱਚ ਲੱਭਣਾ ਸੀਗਾ ਉਸ ਦੇ ਰਿਲੇਟਡ ਇੱਕ ਕੁਐਸਚਨ ਬਣਦੇ ਹਨ ਉਹਨਾਂ ਦੇ ਵਿੱਚੋਂ ਆਨਸਰ ਲੱਭਣੇ ਸੀਗੇ ਲੇਖਕ ਦੇ ਵੱਡੇ ਵਡੇਰਾਂ ਦਾ ਕਿਹੜੇ ਪਿੰਡ ਵਿੱਚ ਖੂਨ ਦਾ ਰਿਸ਼ਤਾ ਸੀ ਹਾਂਜੀ ਇਸ ਦਾ ਰਾਈਟ ਆਨਸਰ ਸੀ ਪਿੰਡ ਛਾਪੇ ਠੀਕ ਹੈ ਜੀ ਅੱਗੇ ਆ ਗਿਆ ਜੀ ਲੇਖਕ ਦੇ ਬਾਬਿਆਂ ਨੇ ਕਾਹਦਾ ਕੜਾ ਸਿਮਟਿਆ ਲੇਖਕ ਦੇ ਬਾਬਿਆਂ ਨੇ ਕਾਹਦਾ ਕੜਾ ਸਿਮਟਿਆ ਤੇ ਇਸ ਦਾ ਰਾਈਟ ਆਨਸਰ ਸੀ ਗੋੜ ਦਾ ਕੜਾ ਠੀਕ ਹੈ ਜੀ ਅੱਗੇ ਸਟੂਡੈਂਟ ਲੇਖਕ ਦੇ ਚਾਰੇ ਬਾਬੇ ਜਿਸ ਖੇਤੂ ਚੋਂ ਲੱਗ ਜਾਂਦੇ ਸਨ ਉਥੇ ਕੀ ਹੋ ਜਾਂਦਾ ਸੀ ਉਥੇ ਡੰਡੀ ਪੈ ਜਾਂਦੀ ਸੀ ਠੀਕ ਹੈ ਜੀ ਅੱਗੇ ਲੇਖਕ ਦੇ ਦਾਦੇ ਜੋ ਚਾਰ ਪ੍ਰਾਸਨ ਆਸ-ਪਾਸ ਦੇ ਪਿੰਡਾਂ ਲਈ ਕੀ ਬਣੇ ਹੋਏ ਸਨ ਹਾਂਜੀ ਇਸ ਦਾ ਰਾਈਟ ਆਨਸਰ ਸੀ ਹੂਆ ਹੂਆ ਬਣੇ ਹੋਏ ਸੀ ਠੀਕ ਹੈ ਜੀ ਅੱਗੇ ਆ ਗਿਆ ਜੀ ਪਿੰਡ ਦੇ ਪੁਰਾਣੇ ਲੋਕ ਲੇਖਕ ਨੂੰ ਕੀ ਕਹਿੰਦੇ ਸਨ ਕੀ ਕਹਿੰਦੇ ਸਨ ਜੀ ਇਸ ਦਾ ਰਾਈਟ ਆਨਸਰ ਸੀ ਕਾਗਜੀ ਪਹਿਲਵਾਨ ਪਿੰਡ ਦੇ ਪੁਰਾਣੇ ਲੋਕ ਲੋਕ ਕਿਸ ਨੂੰ ਬਲੂੰਗੜਾ ਪਹਿਲਵਾਨ ਕਹਿੰਦੇ ਸਨ ਹਾਂ ਜੀ ਇਸ ਦਾ ਰਾਈਟ ਆਨਸਰ ਹੈ ਜੀ ਕੀ ਜੀ ਲੇਖਕ ਦੇ ਦਾਦੇ ਨੂੰ ਠੀਕ ਹੈ ਜੀ ਕੁਸਚਨ ਨੰਬਰ 46 ਪੰਜਾਬੀ ਭਾਸ਼ਾ ਦੀਆਂ ਗੋਲਾਈਦਾਰ ਦੁਨੀਆਂ ਕਿਹੜੀਆਂ ਹਨ ਪੰਜਾਬੀ ਭਾਸ਼ਾ ਦੀਆਂ ਗੋਲਾਈਦਾਰ ਦੁਨੀਆਂ ਸਿਗੀਆਂ ਡੀ ਆਨਸਰ ਹੈ ਜੀ ਇਸ ਦਾ ਰਾਈਟ ਆ ਏ ਵਾਲੀਆਂ ਠੀਕ ਹੈ ਜੀ ਕਸੂਰ ਕਿਸੇ ਦਾ ਗੁੱਸਾ ਕਿਸੇ ਹੋਰ ਤੇ ਦੇ ਆਧਾਰ ਤੇ ਟੁਕਵਾ ਅਖਾਨ ਦੱਸੋ ਇਸ ਦਾ ਰਾਈਟ ਆਨਸਰ ਕੀ ਹੈ ਜੀ ਡਿੱਗੀ ਖੋਤੇ ਤੋਂ ਗੁੱਸਾ ਕੁਮਿਆਰ ਤੇ ਪਰ ਹਾਂ ਦੇ ਕਿਸ ਵਿਧੀ ਅਨੁਸਾਰ ਉਦਾਹਰਣਾ ਤੋਂ ਨਿਜਮਾ ਵੱਲ ਜਾਂਦੇ ਆ ਹਾਂਜੀ ਇਸ ਦਾ ਰਾਈਟ ਆਨਸਰ ਹੈ ਜੀ ਆਗਮਨ ਵਿਧੀ ਠੀਕ ਹੈ ਜੀ ਅਗੇ ਕੁਐਸਚਨ ਨੰਬਰ 49 ਵਿਆਕਰਨ ਤੋਂ ਬਿਨਾ ਭਾਸ਼ਾ ਦੀ ਸਿੱਖਿਆ ਅਧੂਰੀ ਹੈ ਸਿਧਾਂਤਾਂ ਨਿਜਮਾ ਤੇ ਸਰੰਚ ਨਾਵਾਂ ਨੂੰ ਰਟਾ ਲਗਾ ਕੇ ਯਾਦ ਕਰਾਉਣ ਦੀ ਵਿਧੀ ਇਹਨਾਂ ਵਿੱਚੋਂ ਵਿਆਕਰਨ ਦੀ ਕਿਹੜੀ ਕਿਸਮ ਹੈ ਇਸ ਦਾ ਰਾਈਟ ਆਨਸਰ ਹੈ ਜੀ ਬੀ ਸਿੰਧਾਤਕ ਵਿਆਕਰਨ ਕੋਸ ਨੰਬਰ 50 ਦੀ ਗੱਲ ਕਰੀਏ ਜੀ ਤਕਸ਼ੀਸ਼ ਸਿੱਖਿਆ ਤੋਂ ਕੀ ਭਾਵ ਹੈ ਤਕਸ਼ੀਸ਼ ਸਿੱਖਿਆ ਤੋਂ ਕੀ ਭਾਵ ਹੈ ਇਸ ਦਾ ਰਾਈਟ ਆਨਸਰ ਹੈ ਜੀ ਬੀ ਵਿਸ਼ਾ ਬੱਚੇ ਦੀ ਪਾਸ਼ਾ ਸੰਬੰਧੀ ਤਰੁਟੀਆਂ ਤੇ ਦੋਸ਼ਾਂ ਦਾ ਪਤਾ ਲਗਾਉਣਾ ਠੀਕ ਹੈ ਜੀ ਕੁਸ ਨੰਬਰ 51 ਹੁੜਿਆ ਸ਼ਬਦ ਦਾ ਕੀ ਅਰਥ ਹੈ ਹੁੜਿਆ ਸ਼ਬਦ ਦਾ ਕੀ ਅਰਥ ਹੈ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸ਼ਕਲ ਸੂਰਤ ਠੀਕ ਹੈ ਜੀ ਕੁਸ ਨੰਬਰ 52 ਚਾਰ ਪਾਂਡੇ ਹੋਣਗੇ ਤਾਂ ਇਹ ਖਾਲੀ ਥਾਂ ਭਰਨੀ ਹੈ ਜੀ ਚਾਰ ਪਾਡੇ ਹੋਣਗੇ ਤਾਂ ਖੜਕਣਗੇ ਇਸ ਦਾ ਰਾਈਟ ਆਨਸਰ ਬੀ ਸੀ ਜੀ ਅਗੇ ਕੁਐਸਚਨ ਨੰਬਰ 53 ਸੋਕਮੰਦਾ ਆਖੀਏ ਕਿਸ ਦੀ ਰਚਨਾ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਕੁਐਸਚਨ ਨੰਬਰ 54 ਮੁਲਾਂਕਣ ਤੇ ਪ੍ਰੀਖਿਆ ਵਿੱਚ ਕੀ ਫਰਕ ਹੈ ਤੇ ਇਸ ਦਾ ਰਾਈਟ ਆਨਸਰ ਹੈ ਜੀ ਏ ਮੁਲਾਂਕਣ ਪ੍ਰੀਖਿਆ ਤੋਂ ਵਧੇਰੇ ਵਿਆਪਕ ਤੇ ਵਿਸ਼ਾਲ ਹੈ ਠੀਕ ਹੈ ਜੀ ਕੁਐਸਚਨ ਨੰਬਰ 55 ਸਥੂਲ ਤੋਂ ਸੁਖੋਂ ਵੱਲ ਦਾ ਸਿਧਾਂਤ ਕਿਸ ਵੇਲੇ ਵਧੇਰੇ ਵਰਤੋਂ ਵਿੱਚ ਆਉਂਦਾ ਹੈ ਇਸ ਦਾ ਰਾਈਟ ਆਨਸਰ ਹੈ ਜੀ ਹਾਂਜੀ ਕਿਹੜਾ ਜੀ ਦੇਖਣ ਸੁਣਨ ਸਾਧਨਾ ਦੇ ਵਰਤੋਂ ਵੇਲੇ ਏ ਇਸ ਦਾ ਰਾਈਟ ਆਨਸਰ ਹੈ ਜੀ ਵਯੰਜਨ ਪੱਪਾ ਦਾ ਉਦਾਹਰਣ ਸਥਾਨ ਕਿਹੜਾ ਹੈ ਹਾਂਜੀ ਕਿਹੜਾ ਹੈ ਜੀ ਦਾ ਰਾਈਟ ਆਨਸਰ ਹੈ ਜੀ ਦੋ ਹੋਂਠੀ ਠੀਕ ਹੈ ਦੋਸਤੋ ਕੁਐਸਚਨ ਨੰਬਰ 57 ਪੰਜਾਬੀ ਭਾਸ਼ਾ ਦੀ ਟਕਸਾਲੀ ਬੋਲੀ ਕਿਹੜੀ ਹੈ ਦਾ ਰਾਈਟ ਆਨਸਰ ਹੈ ਜੀ ਬੀ ਮਾਜੀ ਸਾਰਾਂ ਦੀ ਇੱਕ رائے ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਹਿੰਦੇ ਸਰਬਸੰਮਤੀ ਠੀਕ ਹੈ ਜੀ ਸਰਬਸੰਮਤੀ ਕੁਸਚਨ ਨੰਬਰ 91 ਇੱਕ ਜਮਾਤ ਵਿੱਚ ਪੰਜਾਬ ਦੇ ਸਾਰੇ ਖੇਤਰਾਂ ਦੇ ਵਿਦਿਆਰਥੀ ਬੈਠੇ ਹਨ ਅਧਿਆਪਕ ਨੂੰ ਪੰਜਾਬੀ ਦੇ ਕਿਹੜੇ ਰੂਪ ਦੀ ਵਰਤੋਂ ਕਰਨੀ ਚਾਹੀਦੀ ਹੈ ਸਹੀ ਆਨਸਰ ਹੈ ਜੀ ਕਿਹੜਾ ਜੀ ਮਿਆਰੀ ਠੀਕ ਹੈ ਜੀ ਕੁਸਚਨ ਨੰਬਰ 60 ਕਿਸੇ ਵਿਅਕਤੀ ਨੂੰ ਪੜਾਉਣ ਸਮੇਂ ਅਧਿਆਪਕ ਠੀਕ ਹਾਵ ਭਾਵ ਨਾਲ ਕਵਿਤਾ ਪਾਠ ਕਰਦਾ ਹੈ ਇਸ ਨੂੰ ਕੀ ਕਹਿੰਦੇ ਹਨ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਦਰਸ਼ ਵਚਨ ਠੀਕ ਹੈ ਜੀ ਇਹ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਜੀ ਅਜਿਹਾ ਅਜ ਦੇ ਪੰਜਾਬੀ ਦੇ ਕੁਐਸਚਨ ਇਹ ਤੁਹਾਨੂੰ ਕਿੰਨੇ ਕੁ ਤੁਹਾਡੇ ਠੀਕ ਹੋਇਆ ਹਨ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਅਤੇ ਜਿੰਨਾ ਵੀ ਹੋ ਸਕੇ ਇਹ ਵੀਡੀਓ ਨੂੰ ਵਾਤਵਾਤ ਸ਼ੇਅਰ ਕਰੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਜੋ ਸਮੇਂ-ਸਮੇਂ ਤੇ ਤੁਹਾਨੂੰ ਪੂਰੀ ਸਟੱਡੀ ਦੀ ਨਵੀਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਜੀ ਧੰਨਵਾਦ ਜੀ